ਦਿਵਸ ਮਦਰ ਡੇ ਜਿਹਨੂੰ ਕਹਿੰਦੇ ਹੈ, ਇਸ 'ਤੇ ਇਸ ਅਵਸਰ 'ਤੇ ਉਹ ਸਾਰੀ ਮਾਤਾਵਾਂ ਨੂੰ ਪਹਿਲਾਂ ਹੱਥ ਜੋੜ ਕੇ ਨਮਨ ਕਰਦੀ ਹਾਂ, ਪ੍ਰਣਾਮ ਕਰਦੀ ਹਾਂ ਆਪਣਾ, ਕਿ ਜਿਨ੍ਹਾਂ ਨੇ ਸਮਾਜ ਨੂੰ ਇੱਕ ਸੇਧ ਦੇ ਕੇ ਨਵੀਂ ਰਾਹ 'ਤੇ ਪੁਜਾਇਆ, ਵਿਕਾਸ ਦੇ ਪੱਧਰ 'ਤੇ ਪੁਜਾਇਆ, ਉਹ ਸਾਰੀ ਮਾਤਾਵਾਂ ਨੂੰ ਮੇਰਾ ਪ੍ਰਣਾਮ ਹੈ। ਅਤੇ ਇਹ ਮਾਤਾਵਾਂ ਕੌਣ ਨੇ? ਇਹ ਮਾਤਾਵਾਂ ਉਹੀ ਨਾਰੀ ਰੂਪ ਨੇ ਜਿਹੜੀਆਂ ਬੇਟੀ ਦੇ ਰੂਪ ਵਿੱਚ, ਇੱਕ ਪਤਨੀ ਦੇ ਰੂਪ ਵਿੱਚ, ਇੱਕ ਭੈਣ ਦੇ ਰੂਪ ਵਿੱਚ, ਔਰ ਵੀ ਕਈ ਰਿਸ਼ਤੇ ਨੇ ਜਿਹੜੇ ਭਾਬੀ ਔਰ ਚਾਚੀ ਤਾਈ ਆਦਿ ਦੇ ਰੂਪ ਵਿੱਚ ਇੱਕ ਸਮਾਜ ਵਿੱਚ ਆਪਣਾ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜਿਹਦੇ ਵਿੱਚੋਂ ਮਾਂ ਦੀ ਭੂਮਿਕਾ ਸਭ ਤੋਂ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ। ਅੱਜ ਤੁਹਾਡੇ ਸਾਹਮਣੇ ਹੀ ਜਿੱਦਾਂ ਤੁਸੀਂ ਦੇਖਿਆ ਕਿ ਕਿੱਦਾਂ ਇੱਕ ਮਾਂ ਦੇ ਰੂਪ ਵਿੱਚ ਆਪਣੀ ਭੂਮਿਕਾਵਾਂ ਆਪਣੀ ਇੱਕ ਇਸਤਰੀਆਂ ਨਿਭਾ ਰਹੀਆਂ ਹਨ, ਜੋ ਕਈ ਤਾਂ ਸਿੰਗਲ ਹੁੰਦਿਆਂ ਹੋਇਆਂ ਵੀ, ਇਕੱਲਿਆਂ ਹੁੰਦਿਆਂ ਹੋਇਆਂ ਵੀ ਆਪਣੇ ਫਰਜ਼ਾਂ ਨੂੰ ਬਖੂਬੀ ਨਿਭਾ ਰਹੀਆਂ ਹਨ। ਲੇਕਿਨ ਅੱਜ ਵੀ ਸਾਡੇ ਸਮਾਜ ਵਿੱਚ ਜਿਹੜੀਆਂ ਅਜੇ ਵੀ ਕੁਰੀਤੀਆਂ ਵਿੱਚ ਅਜੇ ਵੀ ਹੈਗੀਆਂ ਨੇ, ਅਜੇ ਵੀ ਸਮਾਜ ਵਿੱਚ ਇਸਤਰੀਆਂ ਨੂੰ ਕਈ ਤਰ੍ਹਾਂ ਨਾਲ ਸ਼ੋਸ਼ਿਤ ਕੀਤਾ ਜਾਂਦਾ, ਉਹਨਾਂ 'ਤੇ ਅੱਤਿਆਚਾਰ ਕੀਤਾ ਜਾਂਦਾ ਹੈ। ਉਹਨਾਂ ਵਿੱਚੋਂ ਇੱਕ ਦੋ ਉਦਾਹਰਣ ਤੁਹਾਡੇ ਸਾਹਮਣੇ ਹੁਣੇ ਆਏ ਨੇ, ਜਿਹੜੀਆਂ ਕਿ ਜਲੰਧਰ ਵਿੱਦਿਅਕ ਸੁਸਾਇਟੀ ਅਤੇ ਜਿਹੜੀ ਸਾਡੀ ਇੱਕ ਨਾਰੀ ਵਿਕਾਸ ਸਮਿਤੀ ਸ਼ੁਰੂ ਕੀਤੀ ਹੈ। ਅੱਜ ਮਾਂ ਦਿਵਸ 'ਤੇ ਅਸੀਂ ਸਾਡਾ ਸਪੈਸ਼ਲ ਅੱਜ ਦਾ ਵਿਸ਼ੇਸ਼ ਕਾਰਜਕ੍ਰਮ ਹੈ ਕਿ ਅਸੀਂ ਇੱਕ ਨਾਰੀ ਵਿਕਾਸ ਸਮਿਤੀ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਸਾਰੀਆਂ ਹੀ ਨਾਰੀਆਂ, ਉਹ ਨਾਰੀਆਂ ਦੇ ਜ਼ਿਆਦਾ ਵਿਸ਼ੇਸ਼ ਨਾਮ ਹੋਣਗੇ ਜਿਹੜੀਆਂ ਨਾਰੀਆਂ ਕੋਈ ਸਮਾਜ ਵਿੱਚ ਸਟਰਗਲ ਕਰ ਰਹੀਆਂ ਨੇ ਅਤੇ ਬੜੀ ਬਹਾਦਰੀ ਨਾਲ ਆਪਣੀ ਭੂਮਿਕਾ ਨੂੰ ਨਿਭਾ ਰਹੀਆਂ ਹਨ। ਉਹਨਾਂ ਦੇ ਨਾਮ ਅਸੀਂ ਮੁੱਖ ਰੂਪ ਵਿੱਚ ਰੱਖਾਂਗੇ, ਜਿਨ੍ਹਾਂ ਨੂੰ ਅੱਜ ਸਮਾਜ ਵਿੱਚ ਤਿਰਸਕ੍ਰਿਤ ਕੀਤਾ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਕੰਮ ਤੁਹਾਡੇ ਵੱਲੋਂ ਹੱਥ ਲਾਇਆ ਅਸ਼ੁਭ ਹੈ, ਤੁਹਾਡਾ ਕੰਮ ਤੁਹਾਡੇ ਵੱਲੋਂ ਕੀਤਾ ਗਿਆ ਅਸ਼ੁਭ ਮੰਨਿਆ ਜਾਂਦਾ ਹੈ। ਜਿਹੜੀਆਂ ਵਿਡੋ ਨੇ ਉਹਨਾਂ ਨੂੰ ਅਸੀਂ ਸਭ ਤੋਂ ਮੁੱਖ ਭੂਮਿਕਾ ਦੇ ਕੇ ਅੱਗੇ ਰੱਖਾਂਗੇ ਕਿ ਤੁਹਾਡੇ ਹੱਥਾਂ ਨਾਲ, ਤੁਹਾਡੇ ਸ਼ੁਭ ਕੰਮਾਂ ਨਾਲ ਹੀ, ਹੱਥ ਨਾਲ ਹੀ ਇਹ ਸਾਰੇ ਕੰਮ ਹੋਣਗੇ। ਅਤੇ ਸਾਡਾ ਉਦੇਸ਼ ਹੈ ਕਿ ਉਹ ਸਾਰੇ ਸਮਾਜ ਨੂੰ ਇੱਕ ਸੇਧ ਦੇਣਾ, ਜਿਹੜੇ ਅੱਜ ਵੀ ਨਾਰੀ ਨੂੰ ਪਿੱਛੇ ਸਮਝ, ਉਹਨਾਂ ਨੂੰ ਅਜੇ ਵੀ ਪੈਰ ਦੀ ਜੁੱਤੀ ਬਣਾ ਕੇ ਜਾਂ ਉਹਨਾਂ ਨੂੰ ਉਹਨਾਂ 'ਤੇ ਅੱਤਿਆਚਾਰ ਕੀਤੇ ਜਾਂਦੇ ਹਨ। ਸਾਡੇ ਸਮਾਜ ਵਿੱਚ ਅਜੇ ਵੀ ਭਰੂਣ ਹੱਤਿਆ ਵਰਗੇ, ਦਾਜ ਦਹੇਜ ਵਰਗੇ, ਅਤੇ ਜਾਂ ਕਿਸੇ ਤਰ੍ਹਾਂ ਨਾਲ ਵੀ ਉਹਨਾਂ ਨੂੰ ਦੁਖੀ ਕਰਨ ਦੇ ਅਜੇ ਵੀ ਕਈ ਤਰ੍ਹਾਂ ਨਾਲ ਉਪਰਾਲੇ ਅਜੇ ਵੀ ਵਿੱਚ ਸ਼ਾਮਿਲ ਨੇ ਸਾਡੇ ਸਮਾਜ ਵਿੱਚ, ਅਜੇ ਵੀ ਪੂਰੀ ਤਰ੍ਹਾਂ ਨਾਲ ਜੜੋਂ ਖਤਮ ਨਹੀਂ ਹੋਏ। ਭਾਵੇਂ ਸਾਡਾ ਸਮਾਜ ਅੱਜ ਕਿੰਨੀ ਤਰੱਕੀ ਕਰ ਗਿਆ ਹੈ, ਭਾਵੇਂ ਇਸਤਰੀਆਂ ਨੇ ਕਿੰਨੀਆਂ ਮੱਲਾਂ ਮਾਰੀਆਂ ਹਨ, ਪਰ ਅੱਜ ਵੀ ਸਾਡੇ ਸਮਾਜ ਦੀ ਸੰਕੀਰਨ ਸੋਚ ਹੈ। ਇੱਕ ਪੱਖ 'ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਮਾਜ ਦੀ ਸੋਚ, ਦੂਜੇ ਪੱਖ 'ਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਸਤਿਗੁਰੂ ਸਾਹਿਬਾਨਾਂ ਦਾ ਕੋਟਾਨ ਕੋਟ ਵਾਰ ਸ਼ੁਕਰਗੁਜ਼ਾਰ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਜਿਉਣ ਯੋਗ ਔਰ ਮਾਣ ਨਾਲ ਖੜ੍ਹੇ ਹੋਣ ਯੋਗ ਬਣਾਇਆ। ਉਹ ਗੁਰੂ ਸਾਹਿਬਾਨ ਸਤਿਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਆਖਿਆ, ਸੋ ਕਿਉਂ ਮੰਦਾ ਆਖੀਏ ਜਿਤ ਜਮ ਮਹਿਰਾਜਾਨ, ਇੰਨੀ ਵੱਡੀ ਗੱਲ ਕਹਿ ਦਿੱਤੀ, ਇੰਨੀ ਅੱਛੀ ਸਮਾਜ ਨੂੰ ਸੇਧ ਦਿੱਤੀ। ਫਿਰ ਆਉਣ ਵਾਲੇ ਗੁਰੂ ਸਾਹਿਬਾਨਾਂ ਨੇ, ਸਤਿਗੁਰ ਅਮਰਦਾਸ ਜੀ ਨੇ ਵੀ ਸਤੀ ਪ੍ਰਥਾ ਦੇ ਉੱਤੇ, ਹੋਰ ਦਾਜ ਪ੍ਰਥਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਬਹੁਤ ਕੁਛ ਕੀਆ ਗੁਰਬਾਣੀ 'ਚ, ਲੇਕਿਨ ਉਹਨਾਂ ਨੂੰ ਅਮਲੀ ਰੂਪ ਕਿਵੇਂ ਮਿਲਣਾ ਸੀ? ਇਹ ਅਮਲੀ ਰੂਪ ਸਤਿਗੁਰ ਰਾਮ ਸਿੰਘ ਜੀ ਨੇ ਫਿਰ ਜਦੋਂ ਵੇਖਿਆ ਕਿ ਇਸਤਰੀਆਂ 'ਤੇ ਇੰਨੇ ਅੱਤਿਆਚਾਰ ਹੋ ਰਹੇ ਨੇ, ਜ਼ੁਲਮ ਹੋ ਰਹੇ ਨੇ, ਇਸਤਰੀ ਜਾਤੀ ਖਤਮ ਹੁੰਦੀ ਜਾ ਰਹੀ ਹੈ ਜ਼ੁਲਮਾਂ ਦੇ ਹੇਠਾਂ, ਅਤੇ ਉਹਨਾਂ ਨੇ ਫਿਰ ਸਾਨੂੰ ਸਿਰ ਚੁੱਕਣ ਯੋਗ ਬਣਾਇਆ, ਉਹਨਾਂ ਨੇ ਅੱਤਿਆਚਾਰਾਂ ਅਤੇ ਜ਼ੁਲਮਾਂ ਤੋਂ ਸਾਨੂੰ ਬਚਾ ਕੇ ਸਾਨੂੰ ਸੁਰੱਖਿਅਤ ਕੀਤਾ, ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸਤਰੀ ਵੀ ਕਿਸੇ ਪੱਖੋਂ ਘੱਟ ਨਹੀਂ ਹੈ। ਉਹਨਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸਤਿਗੁਰੂ ਰਾਮ ਸਿੰਘ ਜੀ ਨੇ 3 ਜੂਨ 1863 ਵਿੱਚ ਸਭ ਤੋਂ ਪਹਿਲੇ, ਅਤੇ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ ਤਾਂ ਜੋ ਸਮਾਜ ਵਿੱਚ ਕੁਰੀਤੀਆਂ ਖਤਮ ਹੋ ਸਕਣ। ਉਹਨਾਂ ਨੇ ਇਸਤਰੀ ਜਾਤੀ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਅਨਪੜ੍ਹਤਾ ਦੂਰ ਕਰੋ। ਉਹਨਾਂ ਨੇ ਵੀ ਲੜਕੀਆਂ ਨੂੰ ਵੀ ਪੜ੍ਹਾਈ ਵਾਸਤੇ ਅੱਗੇ ਕੀਤਾ। ਉਹ ਉਪਰਾਲਾ ਉਹਨਾਂ ਦਾ ਅੱਜ ਸਮਾਜ ਵਿੱਚ ਚੰਗੀ ਸੇਧ ਲੈ ਕੇ ਆਇਆ, ਅਤੇ ਸਾਨੂੰ ਜਿਉਣ ਵਾਸਤੇ ਚੰਗੀ ਸਾਹ ਮਿਲਿਆ, ਸੌਖਾ ਸਾਹ ਮਿਲਿਆ। ਲੇਕਿਨ ਅਜੇ ਵੀ ਸਮਾਜ ਵਿੱਚ ਗੁਰੂ ਸਾਹਿਬਾਨਾਂ ਦੇ ਉਪਕਾਰ ਦੀ, ਉਹਨਾਂ ਦੇ ਕਿਰਪਾ ਦੀ ਅੱਜ ਵੀ ਲੋੜ ਹੈ, ਜੋ ਵਰਤਮਾਨ ਸਮੇਂ ਵਿੱਚ ਨਾਮਧਾਰੀ ਮੁਖੀ ਸਤਿਗੁਰ ਦਲੀਪ ਸਿੰਘ ਜੀ ਕਿਰਪਾ ਕਰ ਰਹੇ ਹਨ। ਉਹ ਲੜਕੀਆਂ ਨੂੰ ਪੜ੍ਹਾਉਣ ਲਿਖਾਉਣ ਦੇ ਨਾਲ ਨਾਲ ਹਰ ਪੱਖੋਂ ਉਹਨਾਂ ਨੂੰ ਅੱਗੇ ਕਰਨਾ ਚਾਹੁੰਦੇ ਹਨ, ਅਤੇ ਕੇਵਲ ਕਹਿ ਹੀ ਨਹੀਂ ਰਹੇ, ਉਹਨਾਂ ਨੂੰ ਕਰਨੀ ਰੂਪ ਵਿੱਚ ਵੀ, ਕਿਰਿਆਤਮਕ ਰੂਪ ਵਿੱਚ ਵੀ ਉਹਨਾਂ ਨੂੰ ਹਰ ਪੱਖੋਂ ਅੱਗੇ ਕਰਨ ਵਾਸਤੇ ਉਪਰਾਲੇ ਕਰ ਰਹੇ ਹਨ। ਉਹਨਾਂ ਵੱਲੋਂ ਕਈ ਤਰ੍ਹਾਂ ਦੀ ਸਮਿਤੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਵੇਂ ਵਿਸ਼ਵ ਸਤਸੰਗ ਸਭਾ, ਆਯੁਰਵਿਗਿਆਨ ਸਮਿਤੀ, ਸਤਿਗੁਰ ਪ੍ਰਤਾਪ ਸਿੰਘ ਜੀ ਚੈਰੀਟੇਬਲ ਟਰੱਸਟ ਆਦਿ।
ਇਹਨਾਂ ਦਾ ਉਦੇਸ਼ ਹੈ ਕਿ ਲੜਕੀਆਂ ਨੂੰ ਕਿਸੇ ਪੱਖੋਂ ਪਿੱਛੇ ਨਹੀਂ ਰਹਿਣ ਦੇਣਾ, ਉਹਨਾਂ ਨੂੰ ਆਤਮ ਨਿਰਭਰ ਬਣਾ ਕੇ ਸਮਾਜ ਵਿੱਚ ਜਿਹੜੀ ਅਜੇ ਵੀ ਜਿਹੜੀਆਂ ਬੁਰਾਈਆਂ ਹੈਗੀਆਂ ਨੇ, ਭਰੂਣ ਹੱਤਿਆ ਵਰਗੀਆਂ ਲੜਕੀਆਂ 'ਤੇ ਅੱਤਿਆਚਾਰ ਹੋ ਰਿਹਾ, ਉਹਨਾਂ ਨੂੰ ਉਹ ਦੂਰ ਕਰਨਾ ਚਾਹੁੰਦੇ ਨੇ। ਅਤੇ ਐਸੇ ਉਪਰਾਲੇ ਨੂੰ ਮੁੱਖ ਰੱਖਦੇ ਹੋਏ ਵਰਤਮਾਨ ਸਮੇਂ ਵਿੱਚ ਉਹਨਾਂ ਨੇ ਬੀਬੀਆਂ ਨੂੰ ਧਾਰਮਿਕ ਪੱਖੋਂ ਵੀ ਪੂਰਾ ਸਤਿਕਾਰ ਦੇ ਕੇ ਅੱਗੇ ਵਧਾਇਆ ਹੈ, ਜਿਵੇਂ ਕਿ ਉਹਨਾਂ ਨੇ ਇਸਤਰੀਆਂ ਨੂੰ ਅੰਮ੍ਰਿਤ ਸੰਚਾਰ ਕਰਨ ਦਾ ਵੀ ਆਗਿਆ ਦੇ ਕੇ ਬਹੁਤ ਕਿਰਪਾ ਕੀਤੀ ਹੈ। ਮੈਨੂੰ ਬਹੁਤ ਮਾਣ ਹੈ। ਅਤੇ ਲੇਕਿਨ ਦੂਜੀ ਗੱਲ ਹੈ ਕਿ ਜਿਹੜਾ ਦੂਜੇ ਪਾਸੇ ਜਿਹੜਾ ਪੁਰਸ਼ ਪ੍ਰਧਾਨ ਸਮਾਜ ਦੇ ਜਿਹੜੇ ਆਗੂ ਨੇ, ਉਹਨਾਂ ਨੂੰ ਇਹ ਸਾਰੀ ਗੱਲਾਂ ਅਜੇ ਹਜ਼ਮ ਨਹੀਂ ਹੋ ਰਹੀਆਂ। ਉਹ ਸੋਚਦੇ ਨੇ ਕਿ ਜੇਕਰ ਇਸਤਰੀ ਜਾਤੀ ਅੱਗੇ ਵੱਧ ਗਈ ਤੇ ਕਿਤੇ ਸਾਡੇ ਨੰਬਰ ਨਾ ਘੱਟ ਜਾਣ ਜਾਂ ਸਾਨੂੰ ਕਿਤੇ ਪਿੱਛੇ ਨਾ ਕਰ ਦਿੱਤਾ ਜਾਵੇ। ਲੇਕਿਨ ਐਸਾ ਨਹੀਂ ਹੈ। ਜੇਕਰ ਨਾਰੀ ਅੱਗੇ ਵਧੇਗੀ, ਸਮਾਜ ਅੱਗੇ ਵਧੇਗਾ, ਸਾਡਾ ਦੇਸ਼ ਵਿਕਾਸ ਕਰੇਗਾ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਮਾਵਾਂ ਪੜ੍ਹੀਆਂ ਲਿਖੀਆਂ ਹੋਣਗੀਆਂ, ਲੜਕੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ, ਤੇ ਉਹ ਸਾਰੇ ਵੰਸ਼ ਨੂੰ ਅੱਛਾ ਕਰ ਦੇਣਗੀਆਂ। ਤੇ ਐਸੇ ਤਰ੍ਹਾਂ ਸਾਨੂੰ ਅੱਜ ਦੇ ਸਮਾਜ ਨੂੰ ਆਪਣੀ ਸੋਚ ਬਦਲਣੀ ਪਵੇਗੀ। ਕੇਵਲ ਸਤਿਗੁਰ ਜੀ ਦੇ ਅਨੁਸਾਰ ਕੇਵਲ ਪਤੀ ਹੀ ਨਹੀਂ ਪਰਮੇਸ਼ਵਰ ਹੁੰਦਾ, ਪਤਨੀ ਵੀ ਪਰਮੇਸ਼ਵਰ ਹੋ ਸਕਦੀ ਹੈ। ਉਹਦੇ ਵਿੱਚ ਵੀ ਇੰਨੇ ਗੁਣ ਹੁੰਦੇ ਨੇ ਕਿ ਉਹ ਆਪਣੇ ਗੁਣਾਂ ਨਾਲ ਸਮਾਜ ਨੂੰ ਅੱਗੇ ਲੈ ਕੇ ਜਾ ਸਕੇ। ਇਸ ਕਰਕੇ ਅੱਜ ਸਾਨੂੰ ਆਪਣੀ ਸੰਕੀਰਨ ਸੋਚ ਬਦਲ ਕੇ ਵਰਤਮਾਨ ਸਮੇਂ ਵਿੱਚ ਜਿਹੜੀ ਗਤੀਵਿਧੀਆਂ ਚੱਲ ਰਹੀਆਂ ਨੇ ਸਤਿਗੁਰ ਦਲੀਪ ਸਿੰਘ ਜੀ ਵੱਲੋਂ, ਉਹਨਾਂ ਨੂੰ ਅਪਣਾ ਕੇ ਸਾਨੂੰ ਆਪਣੇ ਸਮਾਜ ਨੂੰ ਅੱਗੇ ਵਧਾਉਣ ਦੀ ਲੋੜ ਹੈ। ਸਤਿ ਸ਼੍ਰੀ ਅਕਾਲ।